We are a multicultural network community. We groom competent global citizens to affect positive change around them. ਹੁਸ਼ਿਆਰਪੁਰ ਪੁਲਿਸ ਨੇ ਦੁਆਬਾ ਖੇਤਰ ਦੇ ਇੱਕ ਨਾਮੀ ਗੈਂਗਸਟਰ ਗੁਰਜਿੰਦਰ ਸਿੰਘ ਉਰਫ ਸੋਨੂ ਰੋਡ ਮਜਾਰੀਆ ਨੂੰ ਉਸਦੇ ਦੋ ਸਾਥੀਆਂ ਜੁਗੇਸ਼ ਕੁਮਾਰ ਉਰਫ ਮੋਨੂ ਅਤੇ ਗੁਰਜੀਤ ਸਿੰਘ ਨੂੰ ਉੱਤਰ ਪ੍ਰਦੇਸ਼ ਤੋਂ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਸਥਾਨਕ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੋਨੂ ਰੋਡ ਮਜਾਰੀਆ ਜੋ ਕਿ ਏ ਕੈਟਾਗਰੀ ਦਾ ਖਤਰਨਾਕ ਗੈਂਗਸਟਰ ਹੈ, ਪੁਲਿਸ ਨੂੰ ਪਿਛਲੇ ਕਾਫੀ ਸਮੇਂ ਤੋਂ ਉਸਦੀ ਭਾਲ ਸੀ ਤੇ ਪੁਲਿਸ ਵੱਲੋਂ ਇਸ ਨੂੰ ਕਾਬੂ ਕਰਨ ਲਈ ਆਪਰੇਸ਼ਨ ਚਲਾਏ ਹੋਏ ਸਨ ਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਐਸਪੀ ਮਨਦੀਪ ਸਿੰਘ ਦੀ ਅਗਵਾਈ 'ਚ ਸਪੈਸ਼ਲ ਟੀਮ ਦਾ ਗਠਨ ਕੀਤਾ ਹੋਇਆ ਸੀ। ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਨੇ ਖੁਫੀਆ ਰਿਪੋਰਟਾਂ ਤੇ ਟੈਕਨੀਕਲ ਸੋਰਸਾਂ ਤੇ ਕੰਮ ਕਰਦਿਆਂ ਹੋਇਆਂ ਸੋਨੂ ਰੋਡ ਮਜਾਰੀਆਂ ਨੂੰ ਉਸਦੇ ਦੋ ਸਾਥੀਆਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਤੋਂ 7 ਪਿਸਟਲ ਅਤੇ 18 ਜ਼ਿੰਦਾ ਰੋਂਦ ਜੋ ਕਿ ਸਾਰੇ ਗੈਰ ਕਾਨੂੰਨੀ ਨੇ ਵੀ ਬਰਾਮਦ ਕੀਤੇ ਨੇ। ਉਹਨਾਂ ਦੱਸਿਆ ਕਿ ਸੋਨੂ ਰੋਡ ਮਜਾਰੀਆ ਗੈਂਗਸਟਰ ਗੁਰਪ੍ਰੀਤ ਸ਼ੇਖੋ ਨਾਲ ਮਿਲ ਕੇ ਸੂਬੇ ਦੇ ਵੱਖ ਵੱਖ ਖੇਤਰਾਂ 'ਚ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦਾ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਇਸ ਦੌਰਾਨ ਉਹਨਾਂ ਤੋਂ ਹੋਰ ਵੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। DGP ਪੰਜਾਬ ਸ਼੍ਰੀ ਦਿਨਕਰ ਗੁਪਤਾ ਜੀ ਨੇ ਇੱਕ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਨਸ਼ਿਆਂ ਦੇ ਖਿਲਾਫ ਤੇ ਕ੍ਰਿਮੀਨਲਸ ਦੇ ਖਿਲਾਫ। ਅੱਜ ਉਸੇ ਮੁਹਿੰਮ ਨੂੰ ਗਾਂ ਖੜਦਿਆਂ ਹੋਇਆ ਹੁਸ਼ਿਆਰਪੁਰ ਪੁਲਿਸ ਨੂੰ ਕਾਫੀ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਨਾਮੀ ਗੈਂਗਸਟਰ ਜਿਸ ਦਾ ਨਾਂ ਸੋਨੂ ਰੋਡ ਮਜਾਰਾ ਹੈ ਉਸ ਨੂੰ ਹੁਸ਼ਿਆਰਪੁਰ ਪੁਲਿਸ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋਈ। ਤੁਹਾਨੂੰ ਮੈਂ ਇੱਥੇ ਦੱਸਣਾ ਚਾਹੂੰਗਾ ਕਿ ਇਹ ਸੋਨੂ ਰੋਡ ਮਜਾਰਾ ਕਾਫੀ ਟਾਈਮ ਤੋਂ UP ਦੇ ਵਿੱਚ ਸ਼ਾਹਜਹਾਨਪੁਰ ਜ਼ਿਲ੍ਹੇ ਦੇ ਵਿੱਚ ਇੱਕ ਤਿਲਰ ਨਾਮ ਦੀ ਜਗ੍ਹਾ ਉੱਥੇ ਲੁਕਿਆ ਹੋਇਆ ਸੀਗਾ ਜੋ ਸਾਡੀ ਟੀਮ ਜਿਸ ਨੂੰ ਹੈੱਡ ਕਰ ਰਹੀ ਸੀ ASP ਤੁਸ਼ਾਰ ਗੁਪਤਾ ਜੀ ਅਤੇ ਇੰਚਾਰਜ CAA ਸਾਡੇ ਸ਼ਿਵ ਕੁਮਾਰ ਇਹਨਾਂ ਸਾਰਿਆਂ ਨੂੰ ਗਾਈਡ ਕਰ ਰਹੇ ਸੀਗੇ ਸਾਡੇ ਐਸ ਪੀ PBI ਮਨਦੀਪ ਜੀ। ਇਹਨਾਂ ਸਾਰਿਆਂ ਨੇ UP ਦੇ ਵਿੱਚ ਜਾ ਕੇ ਇੱਕ ਬਹੁਤ ਵਧੀਆ ਆਪਰੇਸ਼ਨ ਕੀਤਾ ਜਿਸ ਦੇ ਵਿੱਚ ਇਹਨਾਂ ਨੇ ਉੱਥੋਂ ਸੋਨੂ ਨੂੰ ਰੋਡ ਮਜਾਰੀਏ ਨੂੰ ਅਰੈਸਟ ਕੀਤਾ ਅਤੇ ਇਸ ਦੇ ਕੋਲੋਂ 7 ਵੈਪਨ ਰਿਕਵਰ ਹੋਏ ਨੇ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਕਿ ਜਿਹੜਾ ਸੋਨੂ ਰੋਡ ਮਜਾਰੀਆ ਹੈ ਇੱਕ ਪ੍ਰੀਤ ਸਿੱਖੋਂ ਕਾਫੀ ਨਾਮੀ ਗੈਂਗਸਟਰ ਹੈ ਉਸ ਦੇ ਗੈਂਗ ਦਾ ਮੈਂਬਰ ਹੈ। ਇਹਨਾਂ ਦੋਵਾਂ ਨੇ ਰਲ ਕੇ ਪਹਿਲਾਂ ਤਾਂ ਗੜਸ਼ੰਕਰ ਦੇ ਵਿੱਚ ਪਿਛਲੇ ਸਾਲ ਇੱਕ ਪੰਮੇ ਨਾਮ ਦੇ ਬੰਦੇ ਨੂੰ ਕਤਲ ਕੀਤਾ ਪਿੰਦੇ ਨੂੰ ਕਤਲ ਕੀਤਾ ਸੀਗਾ ਸ਼ਰੇਆਮ ਆ ਕੇ ਇਹਨਾਂ ਨੇ ਉਸਨੂੰ ਗੋਲੀਆਂ ਮਾਰੀਆਂ ਸੀ। ਫਿਰ ਇਹਨਾਂ ਨੇ ਜੱਗਾ ਬਾਊਂਸਰ ਅੰਮ੍ਰਿਤਸਰ ਦੇ ਵਿੱਚ ਮਾਰਿਆ ਅਤੇ ਇਸੇ ਤਰੀਕੇ ਨਾਲ ਹੋਰ ਕਾਫੀ ਵਾਰਦਾਤਾਂ ਨੂੰ ਇਹਨਾਂ ਨੇ ਅੰਜਾਮ ਦਿੱਤਾ। ਸੋਨੂ ਕਾਫੀ ਮਸ਼ਹੂਰ ਇੱਥੋਂ ਦਾ ਸਾਡੇ ਏਰੀਏ ਦਾ ਗੈਂਗਸਟਰ ਸੀ ਇਹਨੇ ਕਾਫੀ ਲੋਕਾਂ 'ਚ ਡਰ ਵੀ ਪਾਇਆ ਹੋਇਆ ਸੀ। ਇਹਦਾ ਜਿਹੜਾ ਵੀ ਕੋਈ ਦੁਸ਼ਮਣ ਹੁੰਦਾ ਸੀ ਉਸਦੇ ਘਰ 'ਤੇ ਇਹ ਜਾ ਕੇ ਫਾਇਰਿੰਗ ਕਰ ਦਿੰਦਾ ਸੀ ਅਤੇ ਉਹਨੂੰ ਡਰਾਉਂਦਾ ਸੀ। ਜੋ ਇਹ ਸੋਨੂ ਰੋਡ ਮਜਾਰੀਏ ਅਤੇ ਇਸ ਦੇ ਨਾਲ ਹੋਰ ਦੋ ਇਹਦੇ ਅਕੰਪਲਿਸ ਨੂੰ ਫੜ ਕੇ ਗੈਂਗਸਟਰਾਂ ਨੂੰ ਅਤੇ ਕ੍ਰਾਈਮ ਨੂੰ ਸਾਡੀ ਹੁਸ਼ਿਆਰਪੁਰ ਪੁਲਿਸ ਨੇ ਠੱਲ ਪਾਉਣ ਦੇ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਇਹ ਜਿਹੜਾ ਸੋਨੂ ਹੈ ਇਸ ਦੇ ਖਿਲਾਫ ਤਕਰੀਬਨ 5 ਪਰਚੇ ਪਹਿਲਾਂ ਵੀ ਹੈ ਅਤੇ ਕਾਫੀ ਡੈਸਪਰੇਟ ਟਾਈਪ ਦਾ ਇਹ ਗੈਂਗਸਟਰ ਸੀਗਾ। 7 ਵੈਪਨ ਰਿਕਵਰ ਹੋਏ ਨੇ ਜਿਨ੍ਹਾਂ ਵਿੱਚੋਂ 3 32 ਬੋਰ ਦੇ ਨੇ ਅਤੇ 4 ਜਿਹੜੇ ਨੇ ਉਹ 315 ਬੋਰ ਦੇ ਨੇ, ਨਾਲ 18 ਜ਼ਿੰਦਾ ਕਾਰਤੂਸ ਵੀ ਰਿਕਵਰ ਹੋਏ। ਹਾਂ ਉਹ ਇਹਨਾਂ ਦੇ ਸਾਥੀ ਨੇ। ਇੱਕ ਦੇ ਖਿਲਾਫ ਸ਼ਾਇਦ ਮਾਮਲਾ ਦਰਜ ਹੈਗਾ, ਇੱਕ ਦੇ ਖਿਲਾਫ ਤਾਂ ਕੋਈ ਮਾਮਲਾ ਦਰਜ ਨਹੀਂ ਹੈ।
बट वो इनू पनाह भी दे रहा सी ते इस दे नाल उन्हें वारदातों भी अंजाम दिता। सो इन तिना असी हुण तक अरैसट किया, इन्हों का रिमांड लिया। तो ए या बी कैटेगरी मतलब काफ़ी नामी है जिसने तकरीबन तुहानू दो तो मैं कतल गिनाई दिते ने, ते चार पांच होर केसेस जिहड़े फायरिंग दे ने जिहड़े लोगों नू इन्हां गोलियां मारियां। ये प्रीत सिख होने ते अजे परसों के चौथ की गल ही है एक ट्रिपल मर्डर भी तरन तारण दे विच कीता। ते इन्हां दा हुण असीं रिमांड लिया क्योंकि इन्हां नू यूपी तो असीं लैके आए हैं, यूपी तो ही असीं इन्हां नू फड़िया, वैपनस भी उत्थों रिकवर कीते ने, हुण लिया के इन्हां नू पेश कीता गया। इन्हां दा हुण असीं रिमांड लैके ते होर पुछगिछ डुंगाई च करांगे। जिहड़ी भी कोई गल क्राइम संबंधी इन्हां तों सानूं डिस्क्लोज करनगे वो तुहाडे नाल जरूर शेयर करांगे। हुशियारपुर च तो इन्होंने दिते ने अंजाम, जिहड़ा मैं तुहानूं दस्सिया पहला गढ़शंकर दे विच बंदे दा कतल किया, मेन उत्थों ही ये काम इन्हें तो प्रीत ने स्टार्ट किया। एक इन्होंने इत्थे मर्डर किया, फिर इन्हें दूसरा जगे बाउंसर का अमृतसर च मर्डर किया, उस तो बाद इन्हें अपने दुश्मनों के घरों के इत्थे गोलियां चलाईयां। मतलब कि काफ़ी ज़्यादा क्राइम के बढ़ चुकिया। तुसीं इत्थों ही हिसाब ला लो कि जिहड़े 7 वैपन इस कल्ले कोलों रिकवर होए ने, जिहड़ा नाल लई फिरदा सीगा ते इन्हें जे ना फड़े जांदे ते पता नहीं होर किन्नियां वारदातां नूं अंजाम देणा सी। सारे दे सारे इलीगल वैपन। थैंक यू जी।